ਛੱਡ ਦਿਓ ਅਮਰਪਾਲ ਨੂੰ ਜੋ ਕਰਨ ਦਾ ਕਰਨ ਦਿਓ ਜੋ ਬੋਲਦਾ ਬੋਲਣ ਦਿਓ ਅਗਰ ਸੰਗਤ ਨੂੰ ਸਹੀ ਲੱਗਦਾ ਕਿ ਸਹੀ ਬੋਲ ਰਿਹਾ ਤੇ ਬੋਲਣ ਦਿਓ ਉਹਨੂੰ ਸੰਤਾਂ ਨੂੰ ਮੈਂ ਆਪਣੀ ਅੱਖੀਂ ਵੀ ਵੇਖਿਆ ਹੋਇਆ ਬੱਚਾ ਜ਼ਰੂਰ ਸੀ ਮੈਂ ਪਰ ਮੈਨੂੰ ਹਾਲੇ ਤੱਕ 9-10 ਸਾਲ ਦੇ ਬੱਚੇ ਨੂੰ ਸਾਰਾ ਕੁਝ ਯਾਦ ਹੁੰਦਾ ਅੱਜ ਵੀ ਮੇਰੇ ਉਦ੍ਰਿਸ਼ ਦਿਮਾਗ 'ਚ ਘੁੰਮਦਾ ਕਿ ਕਿਦਾਂ ਅਸੀਂ ਹੱਥ ਖੜੇ ਕਰਕੇ ਆਏ ਸੀ ਮੇਰੇ ਤਾਇਆ ਜੀ ਤਾਈ ਜੀ ਨਾਲ ਸੀ ਉਹ ਵੀ ਬੜੇ ਘਬਰਾਏ ਹੋਏ ਸੀ ਅਨਾ ਲੁਧਿਆਣੇ ਵਾਲਾ ਜਿਹੜਾ ਪੁੜਕਦਾ ਕਿੰਨੀ ਉਹ ਬੋਲਣ ਲੱਗਿਆ ਸੋਚਦਾ ਨਹੀਂ ਮੈਂ ਕੀ ਬੋਲ ਰਿਹਾ ਮੈਂ ਡੀਜੀਪੀ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਬੰਦੇ ਦੀ ਸਕਿਉਰਿਟੀ ਜਿਹੜੀ ਵਧਰਾਓ ਜਾਓ ਦੂਜੇ ਅਗਰ ਉਹ ਅੱਗੇ ਤੋਂ ਕੋਈ ਗਲਤ ਬਿਆਨਬਾਜ਼ੀ ਕਰ ਜੂਗਾ ਤੇ ਗੱਲ ਕਰਿਓ ਇਹਨਾਂ ਨੂੰ ਇਹ ਲੱਗਦਾ ਹਿੰਦੂ ਲੀਡਰਾਂ ਨੂੰ ਇਹ ਲੱਗਦਾ ਕਿ ਅਸੀਂ ਅਗਰ ਅਮਰਤਪਾਲ ਦੇ ਖਿਲਾਫ ਨਾ ਬੋਲਾਂਗੇ ਤੇ ਸਾਡੀ ਸਕਿਉਰਿਟੀ ਬਫ ਚਲ ਜਣੀ ਹੈ ਕੀ ਤੁਹਾਨੂੰ ਇੱਕ ਹੀ ਬੰਦਾ ਲੱਭਾ ਅਮਰਤਪਾਲ ਕੋਈ ਸਮਾਜ ਸੇਵਾ ਦੇ ਕੰਮ ਕਰ ਲਓ ਮੇਰੀ ਅਪੀਲ ਹੈ ਹਿੰਦੂ ਲੀਡਰਾਂ ਨੂੰ ਕਿ ਤੁਸੀਂ ਚਾਹੇ ਉਹ ਹਿੰਦੂ ਲੀਡਰ ਆ ਚਾਹੇ ਉਹ ਕ੍ਰਿਸਚਨ ਧਰਮ ਨਾਲ ਰਿਲੇਟਡ ਆ ਮੇਰੀ ਦੋਵਾਂ ਨੂੰ ਅਪੀਲ ਆ ਕਿ ਤੁਸੀਂ ਅਮਰਤਪਾਲ ਦੇ ਖਿਲਾਫ ਕਿਉਂ ਗੱਲਾਂ ਕਰਦੇ ਜੇ ਸੰਗਤ ਨੂੰ ਲੱਗ ਰਿਹਾ ਕਿ ਅਮਰਤਪਾਲ ਹੀਰੋ ਆ ਠੀਕ ਆ ਤੁਸੀਂ ਕਿਸੇ ਦੇ ਦਿਲ ਨੂੰ ਠੇਸ ਕਿਉਂ ਪਹੁੰਚਾਉਂਦੇ ਜੇ ਅਗਰ ਲੋਕਾਂ ਨੂੰ ਲੱਗ ਰਿਹਾ ਤੇ ਤੁਸੀਂ ਪਿੱਛੇ ਹੋ ਜਾਓ ਜਿੰਨੂੰ ਲੱਗ ਰਿਹਾ ਉਹਨੂੰ ਲੱਗਣ ਦਿਓ ਤੇ ਜਿੱਦਣ ਅਟੈਕ ਹੋਇਆ ਸੀ ਦਰਬਾਰ ਸਾਹਿਬ ਤੇ ਉਸ ਦਿਨ ਮੈਂ ਦਰਬਾਰ ਸਾਹਿਬ ਦੇ ਵਿੱਚ ਸੀ ਮੈਨੂੰ ਹਾਲੇ ਤੱਕ ਵੀ ਯਾਦ ਆ ਕਿ ਅਸੀਂ ਬੱਚਾ ਸੀ ਮੈਂ 10 ਸਾਲ ਦਾ ਉਦੋਂ ਅਸੀਂ ਉਦੋਂ ਹੱਥ ਖੜੇ ਕਰਕੇ ਬਾਹਰ ਨਿਕਲੇ ਸੀ ਮੈਂ ਆਪਣੇ ਤਾਇਆ ਜੀ ਦੇ ਪਰਿਵਾਰ ਨਾਲ ਗਿਆ ਸੀ ਅੰਦਰ ਤੇ ਜਦੋਂ ਘੇਰਾ ਪਾਇਆ ਗਿਆ ਦਰਬਾਰ ਸਾਹਿਬ ਨੂੰ ਮੈਂ ਉਹ ਸਾਰਾ ਮਾਹੌਲ ਆਪਣੀ ਅੱਖੀਂ ਵੇਖਿਆ ਕਿ ਅਸੀਂ ਕਿਦਾਂ ਹੱਥ ਖੜੇ ਭਾਵੇਂ ਮੈਂ ਬੱਚਾ ਸੀ ਮੈਨੂੰ ਵੀ ਹੱਥ ਖੜੇ ਕਰਕੇ ਬਾਹਰ ਆਉਣਾ ਪਿਆ ਸੀ ਪਰ ਹਿੰਦੂ ਲੀਡਰਾਂ 'ਚ ਇੱਕ ਦੂਜੀ ਪਾਰਟੀ ਨਾਲ ਨਾਰਾਜ਼ਗੀ ਚੱਲ ਰਹੀ ਆ ਕਿ ਉਹਨੂੰ ਇਜੈਕਟ ਮਿਲ ਗਈ ਮੈਨੂੰ ਨੇ ਮਿਲੀ ਹੁਣ ਇਹਨਾਂ ਨੂੰ ਵਾਸੇ ਆ ਕਿ ਸਾਡੀਆਂ ਸਕਿਉਰਿਟੀਆਂ ਵਧਾ ਦਿਓ ਮੈਂ ਤਾਂ ਕਹਿੰਦਾ ਜੀ ਇੱਕ ਵਾਰੀ ਡੀਜੀਪੀ ਸਾਹਿਬ ਨੂੰ ਚੰਗੀ ਤਰ੍ਹਾਂ ਤਬਦੀਸ਼ ਕਰਨੀ ਚਾਹੀਦੀ ਆ ਜਿਹਨੂੰ ਲੋੜ ਆ ਉਹਦੀ ਸਕਿਉਰਿਟੀ ਵਧਾਓ ਨਹੀਂ ਤੇ ਜਿਹਨੂੰ ਨਹੀਂ ਲੋੜ ਉਹਦੀ ਵਾਪਸ ਲੈ ਲਓ ਇਹਨਾਂ ਦੇ ਅਗਰ ਤੁਸੀਂ ਸਕਿਉਰਿਟੀ ਵਾਪਸ ਲਓਗੇ ਇਹਨਾਂ ਦੇ ਮੂਵੀ ਬੰਦ ਹੋ ਜਾਣਗੇ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਪੜਕਾਉ ਪਿਆਸ਼ਨ ਜਾਂ ਪੜਕਾਉ ਬਿਆਨ ਦੇਊਗਾ ਤਾਂ ਉਸ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਊਗੀ ਉੱਥੇ ਗੱਲ ਕਰੀਏ ਸੰਤੋਖ ਗਿਲੋਣਾ ਦੀ ਤਾਂ ਕੁਝ ਦਿਨ ਪਹਿਲਾਂ ਸੰਤੋਖ ਗਿਲੋਣਾ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਵਾਰਨਿੰਗ ਦਿੱਤੀ ਸੀ ਔਰ ਵਾਰਨਿੰਗ ਦਿੱਤੀ ਸੀ ਲੁਧਿਆਣਾ ਦੇ ਕੁਝ ਲੀਡਰਾਂ ਨੂੰ ਜਿਨ੍ਹਾਂ ਨੂੰ ਕਿਹਾ ਸੀ ਕਿ ਸੰਭਲ ਜਾਓ ਨਹੀਂ ਤਾਂ ਫਿਰ ਸਾਨੂੰ ਜੇ ਜੁੱਤੀ ਲਾਉਣੀ ਪਈ ਤਾਂ ਅਸੀਂ ਜੁੱਤੀ ਵੀ ਲਾਵਾਂਗੇ ਸਾਡੇ ਨਾਲ ਸੰਤੋਖ ਗਿਲੋਣੀ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਕਿਵੇਂ ਦੇਖ ਰਹੇ ਨੇ ਔਰ ਆਪਸੀ ਭਾਈਚਾਰਕ ਸਾਂਝ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ ਦੁਬਾਰਾ ਕਾਇਮ ਕੀਤਾ ਜਾ ਸਕਦਾ ਹੈ ਜਾਂ ਕਹਿ ਲਓ ਕਿ ਜਿਹੜੇ ਇਸ ਭਾਈਚਾਰਕ ਸਾਂਝ ਦੇ ਵਿੱਚ ਢਾਹ ਲਾਉਣ ਦੀ ਕੋਸ਼ਿਸ਼ਾ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਸ ਦੇ ਉੱਤੇ ਗੱਲਬਾਤ ਕਰਦੇ ਆ ਸੰਤੋਖ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੁਆਰਾ ਜਿੰਨੇ ਵੀ ਸਰੋਤੇ ਮੈਨੂੰ ਵੇਖ ਰਹੇ ਜਾਂ ਸੁਣ ਰਹੇ ਨੇ ਉਹਨਾਂ ਨੂੰ ਮੇਰੀ ਸਤਿ ਸ੍ਰੀ ਅਕਾਲ ਬਾਕੀ ਜਿਸ ਤਰ੍ਹਾਂ ਮੈਂ ਥੋੜੇ ਦਿਨ ਪਹਿਲਾਂ ਇੱਕ ਬਿਆਨ ਵੀ ਦਿੱਤਾ ਸੀ ਕਿ ਧੂਮੇ ਬੰਨੇ ਜਿਹੜੀ ਗਰਮ ਬਿਆਨਬਾਜ਼ੀ ਕਰਦੇ ਨੇ ਲੋਕਾਂ ਨੂੰ ਪੜਕਾਉਣ ਵਾਲੀਆਂ ਬਿਆਨ ਕਰਦੇ ਨੇ ਬਿਆਨ ਦਿੰਦੇ ਨੇ ਇਦਾਂ ਦੇ ਬਿਆਨ ਦੇ ਜਾਂਦੇ ਨੇ ਕਈ ਵਾਰ ਕਿ ਉਹਨਾਂ ਨੂੰ ਆਪ ਹੀ ਨਹੀਂ ਸਮਝ ਲੱਗਦੀ ਕਿ ਅਸੀਂ ਕੀ ਕਹਿ ਰਹੇ ਹਾਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਬਾਝ ਆ ਜਾਓ ਮਾਹੌਲ ਪੰਜਾਬ ਦਾ ਨਾ ਖਰਾਬ ਕਰੋ ਲੇਕਿਨ ਹਾਲੇ ਵੀ ਕੁਝ ਲੋਕ ਨਹੀਂ ਟਲ ਰਹੇ ਅ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਕਿ ਗੁਰਦਾਸਪੁਰ ਦੇ ਵਿੱਚ ਸੋਨੀ ਨੇ ਵੀ ਕੋਈ ਚਲੋ ਉਸਨੇ ਉਹ ਗਲਤੀ ਮਾਫੀ ਵੀ ਮੰਗੀ ਸੀ ਲੇਕਿਨ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਵੱਲੋਂ ਉਹਨੂੰ ਮਾਫ ਨਹੀਂ ਕੀਤਾ ਗਿਆ ਤੇ ਉਹਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਇਸ ਤਰ੍ਹਾਂ ਮੇਰੀ ਅੱਗੇ ਤੋਂ ਅਪੀਲ ਆ ਹਿੰਦੂ ਲੀਡਰਾਂ ਨੂੰ ਤੇ ਵਾਰਨਿੰਗ ਵੀ ਆ ਜਰਾ ਧਿਆਨ ਨਾਲ ਜੋ ਵੀ ਤੁਸੀਂ ਕਹਿੰਦੇ ਜੇ ਦੇਖੋ ਇੱਕ ਵਾਰੀ ਤੁਹਾਡੀ ਜ਼ੁਬਾਨ ਦੇ ਵਿੱਚੋਂ ਅਗਰ ਕੋਈ ਸ਼ਬਦ ਨਿਕਲ ਜਾਂਦਾ ਉਹ ਮੁੜ ਵਾਪਸ ਨਹੀਂ ਆਉਂਦਾ ਜੋ ਵੀ ਬੋਲਣਾ ਸੋਚ ਸਮਝ ਕੇ ਬੋਲੋ ਮੁੱਖ ਮੰਤਰੀ ਸਾਹਿਬ ਦੇ ਮੈਂ ਸੁਣ ਰਿਹਾ ਸੀ ਉਹਨਾਂ ਨੇ ਬੜੀ ਸ਼ਕਤੀ ਨਾਲ ਉਹਨਾਂ ਨੇ ਨਿਰਦੇਸ਼ ਦਿੱਤੇ ਹੋਏ ਆ ਕਿ ਕੋਈ ਵੀ ਅਗਰ ਕਿਸੇ ਬੰਦੇ ਹੋ ਵੀ ਕੋਈ ਗਰਮ ਬਿਆਨਬਾਜ਼ੀ ਕਰਦਾ ਕੋਈ ਇਦਾਂ ਦੇ ਕੋਈ ਬਿਆਨ ਦਿੰਦਾ ਉਹਦੇ ਤੇ ਐਫ ਆਈ ਆਰ ਦਰਜ ਕਰਨ ਦੇਖੋ ਸੋਨੀ ਸਾਹਿਬ ਨੇ ਕੋਈ ਪਿੱਛੇ ਜੇ ਕੋਈ ਬਿਆਨਬਾਜ਼ੀ ਕੀਤੀ ਸੀ ਉਹਨਾਂ ਦੇ ਐਫ ਆਈ ਆਰ ਦਰਜ ਹੋ ਗਈ ਠੀਕ ਹੈ ਉਹਨਾਂ ਨੂੰ ਸੰਗਤ ਨੇ ਨਹੀਂ ਮaaf ਕੀਤਾ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਜ਼ੁਬਾਨ ਚੋਂ ਗੱਲ ਕੱਢਦੇ ਆ ਤੇ ਉਹਦੀ ਬਾਅਦ ਚ ਅਸੀਂ ਮਾਫੀ ਵੀ ਮੰਗਦੇ ਆ ਇਹ ਤੇ ਸੰਗਤ ਤੇ ਡਿਪੈਂਡ ਕਰਦਾ ਕਿ ਤੁਹਾਨੂੰ ਮਾਫ ਕਰਦੀ ਕਿ ਨਹੀਂ ਕਰਦੀ ਠੀਕ ਆ ਸੋਨੀ ਨੇ ਮਾਫੀ ਮੰਗੀ ਉਹਨੂੰ ਨਹੀਂ ਦਿੱਤੀ ਉਹ ਤੇ ਐਫਆਈਆ ਦਰਜ ਹੋ ਗਈ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਅੱਗੇ ਤੋਂ ਵੀ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਆ ਅਗਰ ਕੋਈ ਵੀ ਇਦਾਂ ਦੀ ਬਿਆਨਬਾਜ਼ੀ ਕਰਦਾ ਚਾਹੇ ਉਹ ਸਿੱਖ ਜਥੇਬੰਦੀ ਦਾ ਚਾਹੇ ਉਹ Hindu ਜਥੇਬੰਦੀ ਦਾ ਅਗਰ ਕਿਸੇ ਵੀ ਜਥੇਬੰਦੀ ਨਾਲ ਸੰਬੰਧ ਰੱਖਦਾ ਮਾਹੌਲ ਖਰਾਬ ਕਰਨ ਵਾਲੇ ਬਿਆਨ ਦਿੰਦਾ ਤੇ ਉਸ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਹਾਲਾਂਕਿ ਤੁਸੀਂ ਇਹ ਵੀ ਕਿਹਾ ਸੀ ਕਿ ਹੋਰ ਕੋਈ ਕਰੇ ਨਾ ਕਰੇ ਮੇਰੇ ਵੱਲੋਂ ਪੈਰ ਕਦਮੀ ਦਿਖਾਈ ਜਾਊਗੀ ਮੈਂ ਆਪ ਜਾ ਕੇ ਸ਼ਿਕਾਇਤ ਕਰੂੰਗਾ ਤਾਂ ਜਿੰਮੇ ਦੀ ਤੁਹਾਡੇ ਵੱਲੋਂ ਪਹਿਲ ਕੀਤੀ ਜਾ ਰਹੀ ਹੈ ਤਾਂ ਕਿਉਂ ਅਜੇ ਵੀ ਕੁਝ ਲੀਡਰ ਇਸ ਦੇ ਉੱਤੇ ਧਿਆਨ ਨਹੀਂ ਦੇ ਰਹੇ ਜਾਂ ਲੱਗਦਾ ਕਿ ਅਜੇ ਵੀ ਉਹ ਸਿਕਿਉਰਟੀਆਂ ਵਾਲੇ ਚੱਕਰਾਂ 'ਚ ਅਜੇ ਵੀ ਬੁਲੇਟ ਪ੍ਰੂਫ ਜੈਕਟਾਂ ਵਾਲੇ ਚੱਕਰਾਂ ਦੇ ਵਿੱਚ ਹੀ ਫਸੇ ਹੋਏ ਨੇ ਅਸਲ ਦੇ ਵਿੱਚ ਕੀ ਹੋ ਰਿਹਾ ਜੀ ਕੋਈ ਕਹਿੰਦਾ ਜੀ ਮੈਂ ਪੰਜਾਬ ਪ੍ਰਧਾਨ ਆ ਮੈਨੂੰ ਜੈਕਟ ਨਹੀਂ ਮਿਲੀ ਮੇਰੇ ਤੋਂ ਥੱਲੇ ਵਾਲੇ ਨੂੰ ਜੈਕਟ ਮਿਲ ਗਈ ਦੱਸੋ ਤੁਸੀਂ ਜੈਕਟਾਂ ਲੈ ਕੇ ਕਰਨਾ ਕੀ ਆ ਜਿਹੜਾ ਤੁਹਾਨੂੰ ਮਾਰਨਾ ਆਏਗਾ ਜਾਂ ਤੁਹਾਨੂੰ ਕੋਈ ਥ੍ਰੈਟ ਆ ਉਹਦੇ ਇੰਟੈਲੀਜੈਂਸ ਨੂੰ ਵੀ ਦਿੱਦਾ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਦਿਖ ਰਿਹਾ ਕਿ ਕਿਹਨੂੰ ਥ੍ਰੈਟ ਆ ਕਿਹਨੂੰ ਨਹੀਂ ਥ੍ਰੈਟ ਦੇਖੋ ਉਹਨਾਂ ਨੂੰ ਸਾਰਾ ਪਤਾ ਵੀ ਕਿਸ ਬੰਦੇ ਨੂੰ ਕਿੰਨਾ ਥ੍ਰੈਟ ਆ ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖੋ ਉਹਨਾਂ ਨੂੰ ਜੈਕਟਾਂ ਵੀ ਦੇਣੀਆਂ ਬੁਲਟ ਪ੍ਰੂਫ ਉਹਨਾਂ ਨੂੰ ਸੁਰੱਖਿਆ ਵੀ ਉਹਨਾਂ ਦੀ ਵਧਾਉਣੀ ਆ ਇੰਟੈਲੀਜੈਂਸ ਵਾਲਿਆਂ ਨੇ ਆਪੇ ਵੇਖਣਾ ਇੰਟੈਲੀਜੈਂਸ ਖੂਬੀਆਂ ਨੂੰ ਏਜੰਸੀਆਂ ਨੂੰ ਸਾਰਾ ਕੁਝ ਹੀ ਪਤਾ ਹੁੰਦਾ ਲੇਕਿਨ ਹੁਣ ਕੀ ਹੋ ਰਿਹਾ ਕਿ ਇੱਕ ਹਿੰਦੂ ਲੀਡਰਾਂ ਚ ਇੱਕ ਦੂਜੀ ਪਾਰਟੀ ਨਾਲ ਨਾਰਾਜ਼ਗੀ ਚੱਲ ਰਹੀ ਆ ਕਿ ਉਹਨੂੰ ਜੈਕਟ ਮਿਲ ਗਈ ਮੈਨੂੰ ਨਹੀਂ ਮਿਲੀ ਹੁਣ ਪਿੱਛੇ ਜੇ ਕੀ ਹੋਇਆ ਜੀ ਸ਼ਿਵ ਸੈਨਾ ਦੇ ਪਰ ਪੰਜਾਬ ਪ੍ਰਧਾਨ ਆ ਜੋਗਰਾ ਸ਼ਰਮਾ ਜੀ ਉਹਨਾਂ ਨੇ ਮੈਂ ਇੱਕ ਕੱਲ ਬਿਆਨ ਵੇਖ ਰਿਆ ਜੀ ਕਿ ਉਹ ਡੀਜੀਪੀ ਸਾਹਿਬ ਨੂੰ ਆਪਣੀ ਸੁਰੱਖਿਆ ਵਾਪਸ ਕਰਨਗੇ ਕਿਉਂ ਵਾਪਸ ਕਰ ਰਹੇ ਹੋਈ ਤੁਸੀਂ ਪਹਿਲਾਂ ਤੁਸੀਂ ਰੋਂਦੇ ਹੋ ਜਾ ਕੇ ਡੀਜੀਪੀ ਸਾਹਮਣੇ ਡੀਜੀਪੀ ਸਾਹਮਣੇ ਜਾ ਕੇ ਤੁਸੀਂ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਸਾਹਮਣੇ ਅਫਸਰਾਂ ਸਾਹਮਣੇ ਰੋਂਦੇ ਹੋ ਜਾ ਕੇ ਕਿ ਸਾਡੀ ਸੁਰੱਖਿਆ ਵਧਾਓ ਕਿਉਂ ਇੱਕ ਇੱਕ ਤੁਸੀਂ ਰਾਜਨੀਤੀ ਕਰ ਰਹੇ ਜੇ ਇੱਕ ਬੰਦਾ ਇੱਕ ਹਿੰਦੂਆਂ ਦਾ ਇੱਕ ਲੀਡਰ ਕਹਿ ਲੋ ਸੁਧੀਰ ਸੂਰੀ ਨੂੰ ਉਹਦੇ ਮਰਨ ਤੇ ਹੁਣ ਤੁਸੀਂ ਰਾਜਨੀਤੀ ਖੇਡ ਰਹੇ ਹੋ ਤੁਸੀਂ ਕੀ ਗੱਲ ਹੈ ਡੀਜੀਪੀ ਸਾਹਿਬ ਨੂੰ ਤੁਸੀਂ ਧਮਕੀਆਂ ਦੇ ਰਹੇ ਹੋ ਕਿ ਅਸੀਂ ਸੁਰੱਖਿਆ ਵਾਪਸ ਕਰ ਦੇਣੀ ਜੀ ਅਸੀਂ ਡੀਜੀਪੀ ਨੂੰ ਸੁਰੱਖਿਆ ਵਾਪਸ ਕਰ ਦੇਾਂਗੇ ਇਹ ਫਿਰ ਧਮਕੀ ਹੋ ਗਈ ਡੀਜੀਪੀ ਨੂੰ ਡੀਜੀਪੀ ਨੂੰ ਮੈਂ ਡੀਜੀਪੀ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜਾ ਵੀ ਬੰਦਾ ਆਉਂਦਾ ਤੁਹਾਨੂੰ ਸੁਰੱਖਿਆ ਵਾਪਸ ਦੇਣ ਉਹਦੀ ਸੁਰੱਖਿਆ ਲੈ ਲਓ ਵਾਪਸ ਉਹਨੂੰ ਕੋਈ ਜੀ ਆਪਣੇ ਪ੍ਰਾਈਵੇਟ ਬੰਦੇ ਰੱਖ ਲੈ ਹਥਿਆਰਾਂ ਨਾਲ ਜੇ ਤੈਨੂੰ ਜਿਆਦਾ ਖਤਰਾ ਆਪਣੇ ਪ੍ਰਾਈਵੇਟ ਰੱਖੋ ਗੱਡੀਆਂ ਰੱਖੋ ਬੁਲਟ ਪ੍ਰੂਫ ਆਪਣੇ ਤੁਸੀਂ ਪ੍ਰਾਈਵੇਟ ਹਥਿਆਰ ਰੱਖੋ ਆਪਣੇ ਨਾਲ ਬੰਦੇ ਲਾਓ ਇਹ ਕੋਈ ਧਮਕੀ ਥੋੜੀ ਆ ਕਿ ਮੈਂ ਡੀਜੀਪੀ ਕੋ ਜਾ ਰਿਹਾ ਜੀ ਮੈਂ ਆਪਣੀ ਸੁਰੱਖਿਆ ਵਾਪਸ ਕਰਦੇ ਨਹੀਂ ਠੀਕ ਹੈ ਨਾ ਕਹਿੰਦੇ ਸੰਦੋਖ ਜੀ ਕਹਿੰਦੇ ਕਿ ਪੈਸਾ ਜਨਤਾ ਦਾ ਟੈਕਸ ਜਨਤਾ ਦਾ ਕਹਿੰਦੇ ਸਿਕਿਉਰਿਟੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਇਹਨਾਂ ਨੂੰ ਦੇ ਦਿੱਤੀਆਂ ਜਾਂਦੀਆਂ ਨੇ ਔਰ ਬਾਅਦ ਦੇ ਵਿੱਚ ਇਹੀ ਲੋਕ ਮਾਹੌਲ ਖਰਾਬ ਕਰਦੇ ਨੇ ਇਹੀ ਢੜਕਾਉ ਭਾਸ਼ਣ ਦਿੰਦੇ ਨੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਚਰੰਦਾ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਵੀ ਟਾਰਗੇਟ ਕਰਦੇ ਹੋ ਕਿਸੇ ਵੀ ਧਰਮ ਦੀ ਆਪਾਂ ਗੱਲ ਕਰ ਲਈ ਤਾਂ ਕਹਿੰਦੇ ਐਦਾਂ ਕਿਉਂ ਐ ਕਿ ਜਿਹੜੇ ਲੋਕ ਇਹ ਢੜਕਾਉ ਭਾਸ਼ਣ ਦਿੰਦੇ ਨੇ ਇਹਨਾਂ ਨੂੰ ਸਿਕਿਉਰਿਟੀ ਵੀਡਰਾ ਕਰ ਲਓ ਬੁਲੇਟ ਪ੍ਰੂਫ ਜੈਕਟਰਾਂ ਨੂੰ ਦੇਣ ਦੀ ਲੋੜ ਹੀ ਨਹੀਂ ਹੈ ਮੈਂ ਤੇ ਪੰਜਾਬ ਪੁਲਿਸ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਇੰਟੈਲੀਜੈਂਸ ਰਿਪੋਰਟ ਲਓ ਹਰ ਇੱਕ ਬੰਦੇ ਦੀ ਜਿਨੂੰ ਤੇ ਵਾਕਿਆ ਹੀ ਖਤਰਾ ਪਿਲ ਤੁਹਾਨੂੰ ਲੱਗਦਾ ਕਿ ਇਸ ਬੰਦੇ ਨੂੰ ਕੋਈ ਟਾਰਗੇਟ ਕਰ ਸਕਦਾ ਇਸ ਬੰਦੇ ਨੂੰ ਗੋਲੀ ਮਾਰ ਸਕਦਾ ਜਾਂ ਇਹਨੂੰ ਵਾਕਿਆ ਹੀ ਖਤਰਾ ਉਹਨੂੰ ਸਕਿਉਰਿਟੀ ਦਿਓ ਜਿਨੂੰ ਨਹੀਂ ਲੋੜ ਉਹਦੀ ਸਕਿਉਰਿਟੀ ਵਾਪਸ ਲੈ ਲਓ ਹਰ ਪਾਰਟੀ ਦੇ ਵਿੱਚ ਹਰ ਇੱਕ ਜਥੇਬੰਦੀ ਦੇ ਵਿੱਚ ਦੇਖੋ ਸਾਰੇ ਲੋਕ ਚੰਗੇ ਨਹੀਂ ਹੁੰਦੇ ਤੇ ਸਾਰੇ ਲੋਕ ਮਾੜੇ ਨਹੀਂ ਹੁੰਦੇ ਭਾਵੇਂ ਉਹ ਸਿੱਖ ਜਥੇਬੰਦੀ ਆ ਭਾਵੇਂ ਉਹ Hindu ਜਥੇਬੰਦੀ ਆ ਚਾਹੇ ਮੁਸਲਮ ਜਥੇਬੰਦੀ ਆ ਚਾਹੇ ਉਹ ਕ੍ਰਿਸਚੀਅਨ ਜਥੇਬੰਦੀ ਆ ਹਰ ਇੱਕ ਦੇ ਵਿੱਚ ਥੋੜੇ ਜਿਹੇ 2-4 ਬੰਦੇ ਹੁੰਦੇ ਆ ਜਿਹੜੇ ਸ਼ੈਤਾਨ ਹੁੰਦੇ ਆ ਠੀਕ ਹੈ ਨਾ ਉਹਨਾਂ ਨੇ ਆਪਣੀ ਚਲਾਕੀ ਕਰਨੀ ਹੁੰਦੀ ਆ ਇਸ ਤਰ੍ਹਾਂ ਹੁਣ ਹਿੰਦੂ ਸੰਗਠਨਾਂ ਦੇ ਵਿੱਚ ਵੀ ਹੋ ਰਿਹਾ ਕਿ ਆਪਣੇ ਆਪਣੀ ਰਾਜਨੀਤੀ ਕਰਕੇ ਹੁਣ ਇਹਨਾਂ ਨੂੰ ਵਾਸੇ ਆ ਕਿ ਸਾਡੀਆਂ ਸਕਿਉਰਿਟੀਆਂ ਵਧਾ ਦਿਓ ਮੈਂ ਤਾਂ ਕਹਿੰਦਾ ਜੀ ਇੱਕ ਵਾਰੀ ਡੀਜੀਪੀ ਸਾਹਿਬ ਨੂੰ ਚੰਗੀ ਤਰ੍ਹਾਂ ਤਬਦੀਸ਼ ਕਰਨੀ ਚਾਹੀਦੀ ਆ ਜਿਹਨੂੰ ਲੋੜ ਆ ਉਹਦੀ ਸਕਿਉਰਿਟੀ ਵਧਾਓ ਨਹੀਂ ਤੇ ਜਿਹਨੂੰ ਨਹੀਂ ਲੋੜ ਉਹਦੀ ਵਾਪਸ ਲੈ ਲਓ ਇਹਨਾਂ ਦੇ ਅਗਰ ਤੁਸੀਂ ਸਕਿਉਰਿਟੀ ਵਾਪਸ ਲਓਗੇ ਇਹਨਾਂ ਦੇ ਮੂ ਵੀ ਬੰਦ ਹੋ ਜਾਣਗੇ ਜਿਹੜੀ ਜ਼ੁਬਾਨ ਚੱਲਦੀ ਐ ਇਹਨਾਂ ਦੀ ਜਦੋਂ ਤੁਸੀਂ ਐਨੇ ਨਹੀਂ ਸਕਿਉਲਟੀਆਂ ਇਹਨਾਂ ਦੇ ਨਾਲ ਲਾਤੇ ਬੰਦੇ ਐਨੇ ਨਹੀਂ ਫੋਰਸ ਇਹਨਾਂ ਦੇ ਨਾਲ ਲਾਤੀ ਤਾਂ ਫਿਰ ਇਹਨਾਂ ਦੀ ਜ਼ੁਬਾਨ ਆ ਲੁਧਿਆਣੇ ਵਾਲਾ ਜਿਹੜਾ ਪੁੜਕਦਾ ਕਿੰਨੀ ਉਹ ਬੋਲਣ ਲੱਗਿਆ ਸੋਚਦਾ ਨਹੀਂ ਮੈਂ ਕੀ ਬੋਲ ਰਿਹਾ ਮੈਂ ਡੀਜੀਪੀ ਸਾਹਿਬ ਨੂੰ ਅਪੀਲ ਕਰਦਾ ਕਿ ਇਸ ਬੰਦੇ ਦੀ ਸਕਿਉਲਟੀ ਜਿਹੜੀ ਵਿਦਰਾਓ ਜਾਓ ਦੂਜੇ ਅਗਰ ਉਹ ਅੱਗੇ ਤੋਂ ਕੋਈ ਗਲਤ ਬਿਆਨਬਾਜ਼ੀ ਕਰ ਜੂਗਾ ਤੇ ਗੱਲ ਕਰਿਓ ਇੱਕਰੀ ਇਹ ਵੀ ਇੱਕ ਚੀਜ਼ ਪਰ ਕੇ ਵੇਖੋ ਬਹੁਤ ਸਾਰੇ ਇਹ ਵੀ ਕਹਿੰਦੇ ਕਹਿੰਦੇ ਫੜ ਕੇ ਨਾ ਸਾਰਿਆਂ ਨੂੰ ਨਾ ਜਿੰਨੇ ਵੀ ਨੇ ਜਿਹੜੇ ਕੁਝ ਕੁ 25 30 ਬੰਦੇ ਨੇ ਕਹਿੰਦੇ ਫੜ ਕੇ ਜੇਲਾਂ 'ਚ ਡੱਕ ਦੋ ਸਾਲ ਲਈ ਕਹਿੰਦੇ ਬੰਦ ਕਰ ਦੋ ਕਹਿੰਦੇ ਮੁਲਕੇ ਕਦੀ ਇਹ ਬਿਆਨ ਦੇ ਦੇਣ ਕਹਿੰਦੇ ਸਾਡਾ ਨਾਮ ਬਦਲ ਦਿਓ ਦੇਖੋ ਜੀ ਬਿਲਕੁਲ ਸਹੀ ਗੱਲ ਆ ਅਗਰ ਜਿਹੜੇ ਬੰਦੇ ਗਲਤ ਬਿਆਨਬਾਜ਼ੀ ਕਰਦੇ ਆ ਮੈਂ ਇਹ ਗੱਲ ਪਹਿਲਾਂ ਵੀ ਕਹੀ ਸੀ ਲਾਈਵ ਹੋ ਕੇ ਵੀ ਕਹੀ ਸੀ ਉਹਨਾਂ ਨੂੰ ਜੇਲਾਂ 'ਚ ਬੰਦ ਕਰ ਦਿਓ ਜਿੰਨਾ ਚਿਰ ਮਾਹੌਲ ਠੀਕ ਨਹੀਂ ਹੁੰਦਾ ਪੰਜਾਬ ਦਾ ਕਿਉਂਕਿ ਇਸ ਵੇਲੇ ਪੰਜਾਬ ਦੇ ਵਿੱਚ ਅੱਗ ਲੱਗੀ ਆ ਕੋਈ ਵੀ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਪੰਜਾਬ ਦੇ ਵਿੱਚ ਰਹੇ ਲੋਕੀ ਕਰਜ਼ਾ ਚੁੱਕ ਚੁੱਕ ਕੇ ਬੱਚਿਆਂ ਨੂੰ ਜਿਹੜੇ ਜਿਨ੍ਹਾਂ ਕੋ ਚਾਰ ਪੈਸੇ ਆ ਉਹ ਇੰਗਲੈਂਡ ਜਾਂ ਕੈਨੇਡਾ ਅਮਰੀਕਾ ਭੇਜ ਦਿੰਦੇ ਆ ਯੂਰਪ ਭੇਜ ਦਿੰਦੇ ਆ ਜਿਹੜੇ ਵਿਚਾਰੇ ਕੋ ਨਹੀਂ ਹੈਗੇ ਥੋੜੇ ਦਾ ਅਰੇਂਜਮੈਂਟ ਹੁੰਦਾ ਲੋਕ ਦੁਬਈ ਸੌ ਇਧਰ ਭੇਜੀ ਜਾਂਦੇ ਆ ਕੋਈ ਵੀ ਆਪਣਾ ਬੱਚਾ ਪੰਜਾਬ ਦੇ ਵਿੱਚ ਰੱਖ ਕੇ ਖੁਸ਼ ਨਹੀਂ ਹੈਗਾ ਉਹਨਾਂ ਨੂੰ ਡਰੇ ਕਿ ਪਤਾ ਨਹੀਂ ਐ ਐਫ ਆਈ ਆਰ ਨਾ ਦਰਜ ਹੋ ਜੇ ਉੱਤੇ ਜਾਂ ਇਹ ਗਲਤ ਕੰਮਾਂ ਚ ਨਾ ਪੈ ਜੇ ਮਲੇ ਮਹ ਪੰਜਾਬ ਦਾ ਮਾਹੌਲ ਇਸ ਤਰ੍ਹਾਂ ਵਿਗੜ ਚੁੱਕਾ ਕਿ ਮੈਨੂੰ ਲੱਗਦਾ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਲੱਭਣਾ ਸਾਡੇ ਵਰਗੇ ਅੱਧ ਖੜ ਫਿਰਨਗੇ ਇੱਥੇ ਪੰਜਾਬ ਦੇ ਵਿੱਚ ਇਹ ਜ਼ਿਆਦਾ ਟਾਈਮ ਨਹੀਂ ਲੱਗਣਾ ਇਸ ਚੀਜ਼ ਨੂੰ ਇਸ ਸਾਲ ਦੇ ਵਿੱਚ ਵਿੱਚ ਇਹ ਗੱਲ ਹੋ ਜਾਣੀ ਜੇ ਨਾ ਅਗਰ ਪੰਜਾਬ ਸਰਕਾਰ ਨੇ ਸਖਤੀ ਨਾਲ ਕਦਮ ਨਾ ਚੁੱਕੇ ਤੇ ਬਹੁਤ ਸਾਰੀਆਂ ਇਹ ਵੀ ਹੁਣ ਗੱਲਾਂ ਚੱਲ ਰਹੀਆਂ ਨੇ ਕਿ ਪੰਜਾਬ ਐਮਰਜੈਂਸੀ ਵਾਲੇ ਪਾਸੇ ਨੂੰ ਨਾ ਧੱਕਿਆ ਜਾਵੇ ਪੰਜਾਬ ਦੇ ਵਿੱਚ ਉਹ 84 ਵਾਲਾ ਦੌਰ ਦੁਬਾਰਾ ਨਾ ਆ ਜਾਵੇ ਪੰਜਾਬ ਦੇ ਹਾਲਾਤ ਕਿੱਥੇ ਬੇਕਾਬੂ ਨਾ ਹੋ ਜਾਣ ਔਰ ਸਵਾਲ ਇਹ ਵੀ ਖੜਾ ਹੋ ਰਿਹਾ ਕਿਉਂਕਿ ਮੈਂ ਇਹ ਤਾਂ ਤੁਹਾਡੇ ਤੋਂ ਸਵਾਲ ਕਰ ਰਿਹਾ ਕਿਉਂਕਿ ਤੁਸੀਂ ਬੀਜੇਪੀ ਪਾਰਟੀ ਦੇ ਨਾਲ ਵੀ ਸਬੰਧ ਰੱਖਦੇ ਹੋ ਔਰ ਸਿੱਧੇ ਇਲਜ਼ਾਮ ਭਾਜਪਾ ਦੇ ਉੱਤੇ ਵੀ ਲੱਗਦੇ ਹੋਏ ਨਜ਼ਰ ਆ ਰਹੇ ਨੇ ਕੋਈ ਲੋਕ ਇਹ ਵੀ ਕਹਿ ਰਹੇ ਨੇ ਕਿ ਏਜੰਸੀਆਂ ਦੇ ਬੰਦੇ ਹੀ ਪਲਾਨ ਕੀਤੇ ਹੋਏ ਨੇ ਔਰ ਭਾਜਪਾ ਹੀ 24 ਦੀ ਇਲੈਕਸ਼ਨਾਂ ਦੇ ਚੱਲਦੇ ਹੋਏ ਇਹ ਸਾਰਾ ਪਲਾਨ ਸਿਰਜਦੀ ਹੋਈ ਨਜ਼ਰ ਆ ਰਹੀ ਦੇਖੋ ਜੀ ਅੱਜ ਮੈਂ ਤੁਹਾਨੂੰ ਇੰਟਰਵਿਊ ਦੇ ਰਿਹਾ ਇੱਕ ਕੋਈ ਵੀ ਭਾਜਪਾ ਲੀਡਰ ਦੇ ਤੌਰ ਤੇ ਨਹੀਂ ਦੇ ਰਿਹਾ ਕੋਈ ਵੀ ਇੱਕ ਹਿੰਦੂ ਸੰਗਠਨ ਦਾ ਮੈਂ ਇੱਕ ਲੀਡਰ ਆ ਇਸ ਕਰਕੇ ਨਹੀਂ ਦੇ ਰਿਹਾ ਇੱਕ ਮੈਂ ਇੱਕ ਨਾਰਮਲ ਇਨਸਾਨ ਤੌਰ ਤੇ ਤੁਹਾਨੂੰ ਇੰਟਰਵਿਊ ਦੇ ਰਿਹਾ ਤੇ ਮੈਂ ਇਹ ਗੱਲ ਕਹਿਣਾ ਕਿ ਦੇਖੋ ਕੋਈ ਵੀ ਸਰਕਾਰ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਕਿਸੇ ਵੀ ਸਰਕਾਰ ਹੋਵੇ ਕਿਸੇ ਵੀ ਸਟੇਟ ਦੀ ਉਹ ਨਹੀਂ ਚਾਹੁੰਦੀ ਕਿ ਕਿਸੇ ਦੀ ਕਿਸੇ ਵੀ ਸਟੇਟ ਦੇ ਵਿੱਚ ਮਾਹੌਲ ਖਰਾਬ ਹੋਣ ਇਹ ਤੇ ਇੱਕ ਸਿਰਫ ਰਾਜਨੀਤਿਕ ਗੱਲਾਂ ਵਾ ਜਿੰਨੀਆਂ ਮਰਜ਼ੀ ਬਣਾਈ ਜਾਓ ਕੀ ਗੱਲ ਹੈ ਸਰਕਾਰ ਦੀਆਂ ਏਜੰਸੀਆਂ ਸੁੱਤੀਆਂ ਨਹੀਂ ਪਈਆਂ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਦੇਖ ਰਹੀਆਂ ਵਾ ਠੀਕ ਆ ਦੇਖੋ ਕੁਝ ਲੋਕ ਹੁਣ ਇੱਕ ਹੀਰੋ ਬਣਨ ਦੀ ਖਾਤਰ ਸਕੋਲਟੀਆਂ ਲੈਣ ਦੀ ਖਾਤਰ ਅਮਰਤਪਾਲ ਦੇ ਖਿਲਾਫ ਕਾਫੀ ਬਿਆਨਬਾਜ਼ੀ ਕਰ ਰਹੀ ਹੈ ਹੈਨਾ ਤੇ ਮੇਰੀ ਅਪੀਲ ਹੈ ਹਿੰਦੂ ਲੀਡਰਾਂ ਨੂੰ ਕਿ ਤੁਸੀਂ ਚਾਹੇ ਉਹ ਹਿੰਦੂ ਲੀਡਰ ਆ ਚਾਹੇ ਉਹ ਕ੍ਰਿਸ਼ਚਨ ਧਰਮ ਨਾਲ ਰਿਲੇਟਡ ਆ ਮੇਰੀ ਦੋਵਾਂ ਨੂੰ ਅਪੀਲ ਆ ਕਿ ਤੁਸੀਂ ਅਮਰਤਪਾਲ ਦੇ ਖਿਲਾਫ ਕਿਉਂ ਗੱਲਾਂ ਕਰਦੇ ਜੇ ਅਗਰ ਉਹ ਕੋਈ ਗਲਤ ਬਿਆਨਬਾਜ਼ੀ ਕਰਦਾ ਤੇ ਉਹਦੀ ਸ਼ਿਕਾਇਤ ਕਰੋ ਉਹਨੂੰ ਐਫਐਫ ਆਪੇ ਐਫਆਈਆਰ ਦਰਜ ਹੋ ਜੂ ਉੱਤੇ ਠੀਕ ਹੈ ਨਾ ਪਰ ਤੁਸੀਂ ਕਿਉਂ ਬਿਆਨਬਾਜ਼ੀਆਂ ਕਰ ਰਹੇ ਜੇ ਕੀ ਗੱਲ ਹੈ ਸਰਕਾਰਾਂ ਨੂੰ ਨਹੀਂ ਦਈਦਾ ਸਰਕਾਰਾਂ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਦਿਖ ਰਿਹਾ ਅਮਰਤਪਾਲ ਅਗਰ ਏਜੰਸੀਆਂ ਨੂੰ ਲੱਗੇਗਾ ਕਿ ਉਹ ਬੰਦਾ ਗਲਤ ਹੈ ਤੇ ਆਪੇ ਉੱਥੇ ਉਹਨੂੰ ਚੋਕੇ ਅੰਦਰ ਕਰ ਦੇਣਗੇ ਐਫਆਈਆਰ ਦਰਜ ਹੋ ਜੂ ਤੁਸੀਂ ਕਿਉਂ ਵਿੱਚ ਇਨਵੋਲਵ ਹੋ ਰਹੇ ਜੇ ਇਸ ਚੀਜ਼ ਦੇ ਸੰਗਤ ਨੂੰ ਲੱਗ ਰਿਹਾ ਕਿ ਅਮਰਤਪਾਲ ਹੀਰੋ ਆ ਠੀਕ ਆ ਤੁਸੀਂ ਕਿਸੇ ਦੇ ਦਿਲ ਨੂੰ ਠੇਸ ਕਿਉਂ ਪਹੁੰਚਾਉਂਦੇ ਜੇ ਅਗਰ ਲੋਕਾਂ ਨੂੰ ਲੱਗ ਰਿਹਾ ਤੇ ਤੁਸੀਂ ਪਿੱਛੇ ਹੋ ਜਾਓ ਜਿਹਨੂੰ ਲੱਗ ਰਿਹਾ ਉਹਨੂੰ ਲੱਗਣ ਦਿਓ ਇਹ ਤੇ ਸਰਕਾਰ ਦਾ ਕੰਮ ਆ ਦੇਖੋ ਭਾਵੇਂ ਕੋਈ ਵੀ ਹੋਵੇ ਮੈਂ ਸੰਤਾਂ ਦੀ ਗੱਲ ਕਰਦਾ ਦੇਖੋ ਜਦੋਂ ਉਹਨਾਂ ਨੂੰ ਲੱਗਾ ਕਿ ਸੰਤ ਜੀ ਸਾਡੇ ਲਈ ਖਤਰਾ ਸੈਂਟਰ ਸਰਕਾਰ ਨੂੰ ਲੱਗਾ ਕਿ ਸਾਡੇ ਲਈ ਖਤਰਾ ਦੇਖੋ ਉਹਨਾਂ ਨੇ ਐਕਸ਼ਨ ਲੈ ਲਿਆ ਠੀਕ ਆ ਚਲੋ ਹੋਈ ਤਾਂ ਮਾੜੀ ਘਟਨਾ ਸੀ ਦਰਬਾਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਅਟੈਕ ਹੋਇਆ ਅਸੀਂ ਤੇ ਅੱਜ ਵੀ ਉਸ ਚੀਜ਼ ਤੋਂ ਬਾਹਰ ਨਹੀਂ ਨਿਕਲ ਰਿਹਾ ਕਿਉਂਕਿ ਮੈਂ ਉਸ ਟਾਈਮ ਤੇ ਮੇਰੀ ਉਮਰ ਜਿਹੜੀ 9-10 ਸਾਲ ਦੀ ਸੀ ਤੇ ਜਿੱਦਣ ਅਟੈਕ ਹੋਇਆ ਸੀ ਦਰਬਾਰ ਸਾਹਿਬ ਤੇ ਉਸ ਦਿਨ ਮੈਂ ਦਰਬਾਰ ਸਾਹਿਬ ਦੇ ਵਿੱਚ ਸੀ ਮੈਨੂੰ ਹਾਲੇ ਤੱਕ ਵੀ ਯਾਦ ਆ ਕਿ ਅਸੀਂ ਬੱਚਾ ਸੀ ਮੈਂ 10 ਸਾਲ ਦਾ ਉਦੋਂ ਅਸੀਂ ਉਦੋਂ ਹੱਥ ਖੜੇ ਕਰਕੇ ਬਾਹਰ ਨਿਕਲੇ ਸੀ ਮੈਂ ਆਪਣੇ ਤਾਇਆ ਜੀ ਦੇ ਪਰਿਵਾਰ ਨਾਲ ਗਿਆ ਸੀ ਅੰਦਰ ਤੇ ਜਦੋਂ ਘੇਰਾ ਪਾਇਆ ਗਿਆ ਦਰਬਾਰ ਸਾਹਿਬ ਨੂੰ ਮੈਂ ਉਹ ਸਾਰਾ ਮਾਹੌਲ ਆਪਣੀ ਅੱਖੀਂ ਵੇਖਿਆ ਗਿਆ ਸੀ ਕਿ ਇਦਾਂ ਹੱਥ ਖੜੇ ਭਾਵੇਂ ਮੈਂ ਬੱਚਾ ਸੀ ਮੈਨੂੰ ਵੀ ਹੱਥ ਖੜੇ ਕਰਕੇ ਬਾਹਰ ਆਉਣਾ ਪਿਆ ਸੀ ਕਿ ਮਿਲਟਰੀ ਨੇ ਸਾਨੂੰ ਚਾਰੋਂ ਬੰਨੇ ਉਹ ਘੇਰ ਲਿਆ ਸੀ ਤੇ ਹੱਥ ਖੜਕੇ ਮਤਲਬ ਉਦੋਂ ਉਹ ਮਾਹੌਲ ਵੇਖਣ ਵਾਲੇ ਸੀ ਹਾਲੇ ਤੱਕ ਉਹ ਮੈਨੂੰ ਜਿਹੜਾ ਦ੍ਰਿਸ਼ ਹੈ ਮੇਰੇ ਦਿਮਾਗ ਦੇ ਵਿੱਚ ਘੁੰਮਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਇਦਾਂ ਦਾ ਦ੍ਰਿਸ਼ ਦੁਬਾਰਾ ਵੇਖਣ ਨੂੰ ਮਿਲੇ ਪਹਿਲੀ ਵਾਰ ਇਹ ਗੱਲ ਸਾਂਝੀ ਕਰ ਰਹੇ ਹਾਂ ਕਿ ਤੁਸੀਂ 84 ਦਾ ਜਦੋਂ ਪੂਰਾ ਹੋਇਆ ਹੈ ਘਟਨਾ ਗਰਮ ਤਾਂ ਤੁਸੀਂ ਉੱਥੇ ਮੌਜੂਦ ਸੀ ਅੰਦਰ ਔਰ ਤੁਸੀਂ ਬਾਹਰ ਤੇ ਉਦੋਂ ਕੀ ਸੀ ਕਿ ਮੈਂ ਆਪਣੇ ਤਾਇਆ ਜੀ ਦੇ ਪਰਿਵਾਰ ਦੇ ਨਾਲ ਅਸੀਂ ਮੈਂ ਬੱਚਾ ਸੀ ਮੈਨੂੰ ਵੀ ਨਾਲ ਹੀ ਲੱਗੇ ਮੈਂ ਸੰਤਾ ਨੂੰ ਮੈਂ ਆਪਣੀ ਅੱਖੀਂ ਵੀ ਵੇਖਿਆ ਹੋਇਆ ਬੱਚਾ ਜ਼ਰੂਰ ਸੀ ਮੈਂ ਪਰ ਮੈਨੂੰ ਹਾਲੇ ਤੱਕ 9-10 ਸਾਲ ਦੇ ਬੱਚੇ ਨੂੰ ਸਾਰਾ ਕੁਝ ਯਾਦ ਹੁੰਦਾ ਅੱਜ ਵੀ ਮੇਰੇ ਉਹ ਦ੍ਰਿਸ਼ ਦਿਮਾਗ 'ਚ ਘੁੰਮਦਾ ਕਿ ਕਿਦਾਂ ਅਸੀਂ ਹੱਥ ਖੜੇ ਕਰਕੇ ਆਏ ਸੀ ਮੇਰੇ ਤਾਇਆ ਜੀ ਤਾਈ ਜੀ ਨਾਲ ਸੀ ਉਹ ਵੀ ਬੜੇ ਘਬਰਾਏ ਹੋਏ ਸੀ ਕਿ ਜਿੱਦਾਂ ਨਾ ਮੌਤ ਚੋਂ ਮਲਾਪਾ ਇੱਕ ਇੱਕ ਮਤਲਬ ਮੌਤ ਹੀ ਆ ਜਾਣੀ ਸੀ ਮਤਲਬ ਗੋਲੀ ਵੱਜ ਜਾਣੀ ਸੀ ਅੱਜ ਅਸੀਂ ਬਚ ਕੇ ਆ ਗਏ ਪਤਾ ਨਹੀਂ ਕਿੱਦਾਂ ਜਾਨ ਬਚੀ ਸਾਡੀ ਕਿ ਗੁਰਸਿੱਖ ਪਰਿਵਾਰ ਨੂੰ ਬਿਲੋਂਗ ਕਰਦੇ ਹੋ ਤੁਸੀਂ ਪਿੱਛੋਂ ਪਛੋਕੜ ਕੀ ਹੈ ਪਰਿਵਾਰ ਦਾ ਥੋੜਾ ਜ਼ਰੂਰ ਦੱਸਿਓ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਮੈਂਟਾਂ ਦੇ ਵਿੱਚ ਜਾਣਨਾ ਚਾਹੁੰਦੇ ਹੁੰਦੇ ਨੇ ਕਹਿੰਦੇ ਸੰਤੋਖ ਗਿੱਲ ਨੇ ਪਰ ਇਹ ਰਿਪਰੈਜ਼ੈਂਟ ਹਿੰਦੂ ਕਮਿਊਨਿਟੀ ਨੂੰ ਕਿਵੇਂ ਕਰ ਰਹੇ ਨੇ ਕਿਵੇਂ ਹਿੰਦੂਆਂ ਦੇ ਲੀਡਰ ਬਣੇ ਹੋਏ ਨੇ ਇਸ ਦੇ ਉੱਤੇ ਲੋਕ ਬੜੇ ਇੱਕ ਵਾਰ ਸਵਾਲ ਖੜੇ ਬਿਲਕੁਲ ਜੀ ਮੈਂ ਜੱਟ ਸਿੱਖ ਪਰਿਵਾਰ ਨਾਲ ਬਿਲੋਂਗ ਕਰਦਾ ਤੇ ਖੇਤੀਬਾੜੀ ਕਰਦੇ ਰਹੇ ਹਾਂ ਸ਼ੁਰੂ ਤੋਂ ਤੇ ਬਾਕੀ ਜਿਹੜਾ Hindu leader ਮੈਂ 2017 ਚ ਮੈਂ ਜਿਹੜੀ ਐ ਇੱਕ Shiv Sena join ਕੀਤੀ ਸੀ ਉਹਦੇ ਵਿੱਚ ਫਿਰ ਮੇਰਾ ਇਸ ਤਰ੍ਹਾਂ ਪਿਆਰ ਪੈ ਗਿਆ Hindu leader ਨਾਲ ਕਿ ਮੈਂ 2017 ਦਾ ਮੈਂ Hindu ਜਥੇਬੰਦੀਆਂ ਨਾਲ ਜੁੜਦਾ 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 ਅੱਜ ਵੀ ਮੈਂ Hindu ਜਥੇਬੰਦੀਆਂ ਨਾਲ ਜੁੜਿਆ ਹੋਇਆ ਤੇ ਇਸ ਤਰ੍ਹਾਂ ਨਹੀਂ ਆ ਵੈਸੇ ਮੈਂ Christian ਧਰਮ ਦੇ ਦੋ ਤਿੰਨ ਚਰਚ ਨੇ ਇਥੇ ਕਬੇ ਡੋਗਰਾ ਹੈਗਾ ਚਰਚ ਸਾਡੇ ਬਿਆਸ ਚ ਦੋ ਤਿੰਨ ਚਰਚਾਂ ਉਹਨਾਂ ਦਾ ਮੈਨੂੰ ਮੈਨੂੰ ਉਹਨਾਂ ਨੇ ਚੇਅਰਮੈਨ ਵੀ ਬਣਾਇਆ ਹੋਇਆ ਦੇਖੋ ਧਰਮ ਦੀ ਕੋਈ ਵੀ ਧਰਮ ਮਾੜਾ ਨਹੀਂ ਹੁੰਦਾ ਇਹ ਤੁਹਾਡੀ ਆਪਣੀ ਆਪਣੀ ਸੋਚ ਹੈ ਕਿ ਤੁਹਾਨੂੰ ਕਿਹੜਾ ਪੱਖ ਚੰਗਾ ਲੱਗਦਾ ਅਸੀਂ ਤੇ ਧਰਮ ਛੱਡੋ ਤੁਸੀਂ ਅਸੀਂ ਤੇ ਇੱਕ ਸਮਾਜ ਸੇਵਾ ਅਗਰ ਤੁਸੀਂ ਕਰਨੀ ਹੋਵੇ ਤੁਸੀਂ ਧਰਮ ਨਾ ਵੇਖੋ ਤੇ 2017 ਤੋਂ ਲੈ ਕੇ ਅੱਜ ਤੱਕ ਮੈਂ ਜਿਹੜਾ ਹਿੰਦੂ ਪਾਰਟੀਆਂ ਨਾਲ ਹੀ ਜੁੜਿਆ ਹੋਣ ਡਿਆ ਤੇ ਜੁੜਿਆ ਰਵਾਂਗਾ ਤੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਵਾਂਗੇ ਤੇ ਬਾਕੀ ਇਹ ਆ ਅਗਰ ਜਦੋਂ ਵੀ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਜਾਂ ਅਸੀਂ ਅਸੀਂ ਵੇਨੇ ਇਨਸਾਨੀਅਤ ਇਨਸਾਨ ਵੇਖੋ ਤੁਸੀਂ ਇਹ ਨਾ ਵੇਖੋ ਕੋ ਕਿਹੜੇ ਧਰਮ ਦਾ ਚਾਹੇ ਉਹ ਮੁਸਲਮ ਧਰਮ ਆ ਚਾਹੇ ਕ੍ਰਿਸਚੀਅਨ ਆ ਚਾਹੇ ਹਿੰਦੂ ਕਾ ਸਿੱਖ ਆ ਇਨਸਾਨੀਅਤ ਨੂੰ ਵੇਖ ਕੇ ਚੱਲਣਾ ਚਾਹੀਦਾ ਕਿ ਮਨੁੱਖੀ ਜਿਹੜਾ ਹੁੰਦਾ ਆਪਣਾ ਤਦਚ ਇਹਨੂੰ ਕਿਹਾ ਜਾਂਦਾ ਹਾਂਜੀ ਮਤਲਬ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਧਰਮ ਨਹੀਂ ਅਸੀਂ ਵੇਖਦੇ। ਬਾਕੀ ਹਾਲਾਂਕਿ ਗੱਲ ਕਰ ਰਹੇ ਸੀ ਕਿ ਅਮਰਿਤਪਾਲ ਉਹਨਾਂ ਦੀ ਤਾਂ ਉਹ ਬੈਕਫਲੈਸ਼ ਦੇ ਵਿੱਚ 84 ਅਰ ਦਰਬਾਰ ਸਾਹਿਬ ਤੱਕ ਉਹ ਗੱਲਾਂ ਚਲੀਆਂ ਗਈਆਂ ਸੀ ਤਾਂ ਤੁਹਾਡਾ ਕਹਿਣ ਦਾ ਇੱਕ ਇਹ ਵੀ ਪਾਬ ਹੈਗਾ ਕਿ ਇਸ ਤੋਂ ਉੱਪਰ ਉੱਡ ਜਾਣਾ ਚਾਹੀਦਾ ਹੈ। ਅਮਰਿਤਪਾਲ ਜੇਕਰ ਕੋਈ ਬਿਆਨਬਾਜ਼ੀਆਂ ਕਰਦਾ ਤਾਂ ਉਹਨੂੰ ਆਪਣੇ ਤੌਰ ਦੇ ਉੱਤੇ ਕਰਨ ਦੋ। ਤੁਹਾਨੂੰ ਜਵਾਬੀ ਤੌਰ ਦੇ ਉੱਤੇ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਆਪਸ ਦੇ ਵਿੱਚ ਨਹੀਂ ਉਲਝਣਾ ਚਾਹੀਦਾ ਇੱਕ ਦੂਜੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ। ਦੇਖੋ ਜੀ ਮੇਰੀ ਤੇ ਸਾਰਿਆਂ ਨੂੰ ਇਹੀ ਸਲਾਹ ਕ੍ਰਿਸਚਨ ਭਾਈਚਾਰੇ ਨੂੰ ਵੀ ਇਹੀ ਸਲਾਹ। Hindu ਭਾਈਚਾਰੇ ਨੂੰ ਇਹੋ ਸਲਾਹ ਦਿੰਦਾ ਮੈਂ ਕਿ ਛੱ ਜੋ ਕਰਨ ਦਾ ਕਰਨ ਦਿਓ ਜੋ ਬੋਲਦਾ ਬੋਲਣ ਦਿਓ ਅਗਰ ਸੰਗਤ ਨੂੰ ਸਹੀ ਲੱਗਦਾ ਕਿ ਸਹੀ ਬੋਲ ਰਿਹਾ ਤੇ ਬੋਲਣ ਦਿਓ ਉਹਨੂੰ ਠੀਕ ਹੈ ਆਪੇ ਸਰਕਾਰਾਂ ਵੇਖਣ ਏਜੰਸੀਆਂ ਵੇਖਣ ਇਹ ਉਹਨਾਂ ਦਾ ਕੰਮ ਆ ਇਹ ਦੇਖੋ ਤੁਹਾਡਾ ਕੰਮ ਨਹੀਂ ਆ Hindu ਲੀਡਰਾਂ ਦਾ ਕੰਮ ਨਹੀਂ ਆ ਇਹਨਾਂ ਸਰਕਾਰਾਂ ਨੂੰ ਵੇਖ ਲੈਣ ਦਿਓ ਇੱਕ ਤੁਸੀਂ ਅਗਰ ਕਿਸੇ ਵੀ ਅੱਜ ਮੈਂ ਕੁਝ ਅਮਰਤਪਾਲ ਬਾਰੇ ਬੋਲਾਂਗਾ ਤਾਂ ਮੈਨੂੰ ਪਤਾ ਮੈਨੂੰ ਕਮੈਂਟਾਂ 'ਚ ਗਾਲ੍ਹਾਂ ਪੈਣੀਆਂ ਪਿਛਲੀ ਵਾਰੀ ਮੈਂ ਕਾਫੀ ਤੁਹਾਡੇ ਚੈਨਲ ਤੇ ਮੈਨੂੰ ਕਾਫੀ ਲੋਕਾਂ ਨੇ ਗਾਲ੍ਹਾਂ ਕਮੈਂਟਾਂ ਦੇ ਵਿੱਚ ਲਿਖੀਆਂ ਸੀ ਠੀਕ ਹੈ ਨਾ ਬਾਕੀ ਮੈਂ ਮੈਂ ਚਾਹੁੰਦਾ ਕਿ ਅਗਰ ਕੋਈ ਵੀ ਬੋਲਦਾ ਉਹਨੂੰ ਬੋਲਣ ਦਿਓ ਉਹਨੂੰ ਸਰਕਾਰ ਬੜੀ ਸਿਆਣੀ ਆ ਬੜੀਆਂ ਏਜੰਸੀਆਂ ਸਰਕਾਰਾਂ ਦੀਆਂ ਉਹ ਆਪੇ ਦੇਖ ਲੈਣਗੇ ਛੱਡੋ ਤੁਸੀਂ ਅਮਰਤਪਾਲ ਨੂੰ ਆਪਣਾ ਕੰਮ ਕਰੋ ਕੋਈ ਧਰਮ ਦੇ ਕੰਮ ਕਰੋ ਤੁਸੀਂ ਕੋਈ ਇਨਸਾਨੀਅਤ ਦੇ ਕੰਮ ਕਰੋ ਜਿਹਨੂੰ ਕਿ ਇਨਸਾਨ ਨੂੰ ਕੁਝ ਸਮਾਜ ਸੇਵਾ ਦੇ ਕੰਮ ਕਰੋ ਛੱਡ ਦਿਓ ਅਮਰਪਾਲ ਨੂੰ ਮੇਰੇ ਮੇਰੀ ਤੇ ਆਪਸ ਦੇ ਵਿੱਚ ਇਹੋ ਜਿਹੇ ਕਹਿੰਦੇ ਬਿਆਨਬਾਜ਼ੀਆਂ ਛੱਡ ਦੇਣਗੇ ਬਹੁਤੇ ਕਹਿੰਦੇ ਕਿ ਤੋਰੀ ਫੁਲਕਾ ਨਹੀਂ ਚੱਲਣਾ ਕਹਿੰਦੇ ਉਹਨਾਂ ਦਾ ਤਾਂ ਕਿ ਫਿਰ ਉਹਨਾਂ ਨੂੰ ਸਿਕਿਉਰਟੀਆਂ ਕਿਵੇਂ ਦੁਆਰਾ ਪ੍ਰੇਟੇਨ ਹੋਣਗੀਆਂ ਕਹਿੰਦੇ ਉਹ ਥ੍ਰੈਟ ਪਰਸੈਪਸ਼ਨ ਆਪਣੀ ਜਾਣ ਜਾਣ ਕੇ ਚੈੱਕ ਕਰਵਾਉਂਦੇ ਨੇ ਕਿ ਇਹੋ ਜਿਹੇ ਭੜਕਾਉ ਪਾਸੀ ਭਾਸ਼ਣ ਦੇਵਾਂਗੇ ਤਾਂ ਹੀ ਉਹ ਸਿਕਿਉਰਟੀਆਂ ਬਰਕਰਾਰ ਰਹਿਣਗੀਆਂ ਗੱਲ ਇਹ ਹੀ ਹੈ ਨਾ ਜੀ ਸਾਰੀਆਂ ਆਪਣੀਆਂ ਜਿਹੜੀਆਂ ਇੱਕ ਰੋਟੀਆਂ ਸੇਕ ਰਹੇ ਆ ਅਗਰੇ ਇਹਨਾਂ ਨੂੰ ਇਹ ਲੱਗਦਾ Hindu ਲੀਡਰਾਂ ਨੂੰ ਇਹ ਲੱਗਦਾ ਕਿ ਅਸੀਂ ਅਗਰ ਅਮਰਤਪਾਲ ਦੇ ਖਿਲਾਫ ਨਾ ਬੋਲਾਂਗੇ ਤੇ ਸਾਡੀ ਸਕਿਉਰਿਟੀ ਬਫ ਚਲ ਜਣੀ ਆ ਕੀ ਤੁਹਾਨੂੰ ਇੱਕ ਹੀ ਬੰਦਾ ਲੱਭਾ ਅਮਰਤਪਾਲ ਕੋਈ ਸਮਾਜ ਸੇਵਾ ਦੇ ਕੰਮ ਕਰ ਲੋ ਕੋਈ ਤੁਹਾਡੇ ਧਰਮ ਦੇ ਅਗਲ ਕੋਈ ਤੁਹਾਡੇ ਧਰਮ ਦੇ ਖਿਲਾਫ ਬੋਲਦਾ ਠੀਕ ਆ ਅਮਰਤਪਾਲ ਨੇ ਵੀ ਇੱਕ ਦੋ ਵਾਰੀ ਮੈਂ ਵੀ ਸੁਣਿਆ ਕਿ ਖਿਲਾਫ ਬੋਲਿਆ ਸੀ ਅਗਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਉਹ ਗਲਤ ਲੱਗਦਾ ਤੇ ਪ੍ਰਸ਼ਾਸਨ ਆਪੇ ਉਹਤੇ ਕਾਰਵਾਈ ਕਰੂਗਾ ਠੀਕ ਆ ਤੁਹਾਡਾ ਕੰਮ ਸੀ ਸ਼ਿਕਾਇਤ ਕਰਨਾ ਤੁਸੀਂ ਕਰਤੀ ਪਰ ਹੁਣ ਜਿਆਦਾ ਨਾ ਕਰੋ ਕਿ ਤੁਸੀਂ ਉਹਦੇ ਖਿਲਾਫ ਹੀ ਉਹਨੂੰ ਫੜ ਕੇ ਬਹਿ ਗਏ ਇੱਕੋ ਚੀਜ਼ ਨੂੰ ਮੇਰੇ ਖਿਆਲ ਨਾਲ ਇਹ ਇਸ ਚੀਜ਼ 'ਚੋਂ ਅਮਰਪਾਲ ਦੇ ਚੱਕਰ 'ਚੋਂ ਹੁਣ ਹਿੰਦੂ ਲੀਡਰਾਂ ਨੂੰ ਨਿਕਲ ਆਉਣਾ ਚਾਹੀਦਾ ਬਾਹਰ ਸ਼ਾਇਦ ਸੂਰੀ ਉਹਨਾਂ ਦੇ ਪਰਿਵਾਰ ਵੀ ਇਸ ਚੀਜ਼ ਨੂੰ ਕਿਤਨਾ ਕਿਤੇ ਰਿਅਲਾਈਜ਼ ਕਰ ਰਿਹਾ ਹੈ ਮਾਨਿਕ ਸੂਰੀ ਉਹਨਾਂ ਦਾ ਮੈਂ ਬਿਆਨ ਸੁਣ ਰਿਹਾ ਸੀ ਜਦੋਂ ਉਹ ਗੱਡੀ ਦੇ ਉੱਤੇ ਉਹਨਾਂ ਦੇ ਛੋਟੇ ਭਰਾ ਨੂੰ ਬਿਠਾਇਆ ਗਿਆ ਨਾਲ ਉਹਨਾਂ ਦਾ ਬੇਟਾ ਮੌਜੂਦ ਸੀਗਾ ਮਾਨਿਕ ਸੂਰੀ ਤਾਂ ਉਹਨਾਂ ਨੇ ਵੀ ਇਹੀ ਗੱਲ ਕਹੀ ਕਹਿੰਦੇ ਕਿ ਜੋ ਗਲਤੀਆਂ ਹੋਈਆਂ ਉਸ ਦੇ ਉੱਤੇ ਅਸੀਂ ਗੌਰ ਕਰਾਂਗੇ ਤਾਂ ਕਿ ਅਗੇ ਇਨ ਫਿਊਚਰ ਕੁਝ ਇਹੋ ਜਿਹੀ ਘਟਨਾਵਾਂ ਨ ਉਹਨਾਂ ਦੇ ਬ੍ਰਦਰ ਉਹਨਾਂ ਦੀ ਫੈਮਿਲੀ ਦੇ ਨਾਲ ਬੜਾ ਆਉਣ ਜਾਣਿਆ ਮੇਰਾ ਮੈਂ ਉਹਦਾਂ ਦਾ 2-3 ਦਿਨ ਉੱਥੇ ਰਿਹਾ ਸੀ ਮਤਲਬ ਕਾਫੀ ਕਲੋਜ਼ ਹਾਂ ਮੈਂ ਉਹਨਾਂ ਦੇ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਆ ਮਾਨਕਸੂਰੀ ਜੀ ਨਾਲ ਵੀ ਉਹਨਾਂ ਦੇ ਬੇਟੇ ਨਾਲ ਵੀ ਜਾਨੂ ਉਹਨਾਂ ਦਾ ਭਤੀਜਾ ਉਹਨਾਂ ਨਾਲ ਵੀ ਮੇਰੀ ਅਕਸਰ ਗੱਲ ਹੁੰਦੀ ਰਹਿੰਦੀ ਆ ਟੈਲੀਫੋਨ ਤੇ ਅਗਰ ਕੋਈ ਮੁੱਦਾ ਹੁੰਦਾ ਤੇ ਅਸੀਂ ਆਪਸ ਵਿੱਚ ਟੈਲੀਫੋਨ ਕਰਦੇ ਆ ਦੇਖੋ ਉਹ ਪਰਿਵਾਰ ਨੂੰ ਐਡਾ ਵੱਡਾ ਘਾਟਾ ਪਿਆ ਕਿ ਮੇਰੇ ਖਿਆਲ ਨਾਲ ਕੁਝ ਸਾਲਾਂ ਲਈ ਉਹ ਪਰਿਵਾਰ ਸਦਮੇ 'ਚੋਂ ਬਾਹਰ ਨਹੀਂ ਆਏਗਾ ਤੇ ਕੋਈ ਵੀ ਨਹੀਂ ਚਾਹੇਗਾ ਕਿ ਅਗਰ ਸਾਡਾ ਸਾਡੇ ਪਰਿਵਾਰ ਦਾ ਇੱਕ ਮੈਂਬਰ ਸਾਡੇ ਕੋਲੋਂ ਚਲ ਗਿਆ ਤੇ ਸਾਡਾ ਦੂਜਾ ਕੋਈ ਵੀ ਮੈਂਬਰ ਹੋਰ ਇਸ ਇਹ ਘਟਨਾ ਹੋਰ ਕਿਸੇ ਮੈਂਬਰ ਦੇ ਨਾਲ ਹੋਵੇ ਠੀਕ ਹੈ ਮੇਰੇ ਖਿਆਲ ਨਾਲ ਉਹਨਾਂ ਲੋਕ ਕੋਈ ਸ਼ਿਕਾਇਤ ਨਹੀਂ ਆਏਗੀ ਕਿ ਉਹ ਗਲਤ ਬਿਆਨਬਾਜ਼ੀ ਕਰਨ ਕਿਉਂਕਿ ਪੜ੍ਹੇ ਲਿਖੀ ਫੈਮਿਲੀ ਆ ਤੇ ਅੱਗੇ ਤੋਂ ਮੈਨੂੰ ਲੱਗਦਾ ਉਹ ਧਿਆਨ ਰੱਖਣਗੇ ਔਰ ਆਖਿਰ ਦੇ ਵਿੱਚ ਜਿਵੇਂ ਤੁਸੀਂ ਚਰਚਾ ਆਪਾਂ ਕਰ ਰਹੇ ਤੁਸੀਂ ਕਿਹਾ ਕਿ ਮਾਪੇ ਚਾਹੁੰਦੇ ਨੇ ਕਿ ਬੱਚੇ ਵਿਦੇਸ਼ਾਂ ਦੇ ਵਿੱਚ ਹੀ ਚਲੇ ਜਾਣ ਕਿਉਂਕਿ ਪੰਜਾਬ ਦੇ ਹਾਲਾਤ ਮਾੜੇ ਨੇ ਕਿਉਂਕਿ ਹੁਣ ਤੁਸੀਂ ਪਬਲਿਕ ਫਿਗਰ ਵੀ ਹੈਗੇ ਹੋ ਤਾਂ ਜਿਹੜੇ ਬੱਚੇ ਤੁਹਾਡੇ ਬੈਠੇ ਹੋਏ ਨੇ ਬੰਬੇ ਦੇ ਵਿੱਚ ਮੈਂ ਸ਼ਹਿਨਾਜ਼ ਉਹਨਾਂ ਦੀ ਗੱਲ ਕਰਾਂਗਾ ਉਹ ਫਿਕਰ ਕਰਦੇ ਨੇ ਤੁਹਾਡਾ ਧਿਆਨ ਰੱਖਦੇ ਨੇ ਫੋਨ ਕਰਕੇ ਪੁੱਛਦੇ ਨੇ ਕਿ ਡੈਡੀ ਕੀ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਤੁਸੀਂ ਆਪਣਾ ਧਿਆਨ ਰੱਖੋ ਦੇਖੋ ਹਰ ਇੱਕ ਮਾਪਿਓ ਨੂੰ ਆਪਣੇ ਬੱਚੇ ਦਾ ਫਿਕਰ ਹੁੰਦਾ ਤੇ ਬੱਚਿਆਂ ਨੂੰ ਵੀ ਮਾਪਿਓ ਦਾ ਫਿਕਰ ਹੁੰਦਾ ਠੀਕ ਆ ਭਾਵੇਂ ਉਹ ਇੱਕ ਸੈਲੀਬ੍ਰਿਟੀ ਦੇ ਬੱਚੇ ਆ ਭਾਵੇਂ ਉਹ ਇੱਕ ਆਮ ਕਿਸੇ ਇਨਸਾਨ ਦੇ ਕੋਈ ਵੀ ਆਮ ਆ ਦੇਖੋ ਫਿਕਰ ਤੇ ਹਰੇਕ ਨੂੰ ਹੁੰਦਾ ਬਾਕੀ ਜਿੱਥੋਂ ਤੱਕ ਮੈਂ ਵੇਖਿਆ ਮੈਂ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦੇ ਵਿੱਚ ਵਿਚਰਦਾ ਮੈਂ ਕਾਫੀ ਜਾਨਾ ਪਿੰਡਾਂ ਦੇ ਵਿੱਚ ਤੇ ਮੇਰੀ ਆਮ ਹੀ ਲੋਕਾਂ ਨੂੰ ਮੈਂ ਜਿੱਥੋਂ ਤੱਕ ਵੇਖਿਆ ਕਿ ਹਰ ਇੱਕ ਇਨਸਾਨ ਇਹੀ ਚਾਹੁੰਦਾ ਕਿ ਸਾਡੇ ਬੱਚੇ ਪੰਜਾਬ ਦੇ ਵਿੱਚ ਨਾ ਰਹਿਣ ਕਮ ਸੇ ਕਮ ਇੱਥੋਂ ਭਾਵੇਂ ਉਹ ਮਹੀਨੇ ਦਾ 20000 ਕਮਾਉਣ ਭਾਵੇਂ ਉਹ 15000 ਕਮਾਉਣ ਪੰਜਾਬ ਚੋਂ ਬਾਹਰ ਚਲੇ ਜਾਣ ਕਿ ਪੰਜਾਬ ਨੂੰ ਅਨ ਸੇਫ ਸਮਝ ਰਿਹਾ ਹੈ ਇਹ ਵੇਲੇ ਬੱਚਿਆਂ ਲਈ ਅ ਅਗਰ ਇਦਾਂ ਹੀ ਚੱਲਦਾ ਰਿਹਾ ਤੇ ਮੇਰੇ ਖਿਆਲ ਨਾਲ ਜੀ ਮੇਰੀ ਉਮਰ ਦੇ ਅੱਧ ਖਾੜੀ ਇੱਥੇ ਦੇਖਣੇ ਪੰਜਾਬ ਦੇ ਵਿੱਚ ਅਗਰ ਨਾ ਪੰਜਾਬ ਸਰਕਾਰ ਨੇ ਕੋਈ ਸਖਤ ਐਕਸ਼ਨ ਲਿਆ ਇਸ ਨੇਹਾ ਖਿਰਦੇ ਵਿੱਚ तमाम ਲੋਕਾਂ ਨੂੰ ਕਿਉਂਕਿ ਕੋਸ਼ਿਸ਼ ਇਹ ਹੀ ਹੈ ਸਾਡੀ ਵੀ ਕਿ ੜਕਾਉ ਭਾਸ਼ਣਾਂ ਨਾ ਪ੍ਰਮੋਟ ਕਰੀਏ ੜਕਾਉ ਇੰਟਰਵਿਊਜ਼ ਨਾ ਪ੍ਰਮੋਟ ਕਰੀਏ ਬਲਕਿ ਇੱਕ ਪੀਸਫੁੱਲ ਇੱਕ ਫਰੂਟਫੁੱਲ ਡਿਸਕਸ਼ਨ ਜ਼ਰੂਰ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਲੋਕ ਉਸ ਨੂੰ ਸੁਣ ਕੇ ਇੱਕ ਚੰਗਾ ਮੈਸੇਜ ਲੈਣ ਔਰ ਉਸ ਦੇ ਵਿੱਚੋਂ ਚੰਗੀ ਸਿੱਖ ਲੈਣ ਮੈਨੂੰ ਨਾ ਜੀ ਇੱਕ ਸੈਲੀਬ੍ਰਿਟੀ ਦਾ ਬਾਪ ਹੋਣ ਕਰਕੇ ਮੈਨੂੰ ਹਰ ਧਰਮ ਦੇ ਲੋਕ ਆਪਣੇ ਫੰਕਸ਼ਨਰਾਂ ਦੇ ਉੱਤੇ ਬੁਲਾਉਂਦੇ ਆ ਤੇ ਮੈਂ ਜਾਨਣਾ ਵੀ ਆ ਜੀ ਮੈਂ ਦੇਖੋ ਮੈਂ ਗੁਰਦੁਆਰੇ ਵੀ ਜਾਨਣਾ ਕੋ ਮੇਰਾ ਇੱਕ ਹੈਨਾ ਸਿੱਖ ਫੈਮਲੀ ਨੂੰ ਬਲੋਂਗ ਕਰਦਾ ਮੈਂ ਜੱਟ ਸਿੱਖ ਫੈਮਲੀ ਨੂੰ ਮੈਂ ਮੰਦਿਰ ਦੇ ਵਿੱਚ ਵੀ ਜਾਨਣਾ ਕਿਉਂਕਿ ਮੈਂ Hindu leader ਆ ਠੀਕ ਹੈ ਜੀ ਮੈਂ ਜਗਰਾਤਿਆਂ ਦੇ ਵਿੱਚ ਵੀ ਜਾਂ ਕੋਈ ਦਰਗਾਹਾਂ ਤੇ ਪ੍ਰੋਗਰਾਮ ਹੁੰਦਾ ਕਿਤੇ ਉੱਥੇ ਵੀ ਮੈਨੂੰ ਜਾਣਾ ਪੈਂਦਾ ਮੈਂ ਚਰਚ ਵੀ ਜਾਨਣਾ ਠੀਕ ਹੈ ਨਾ ਕਿਉਂਕਿ ਇੱਕ ਸੈਲੀਬ੍ਰਿਟੀ ਦੇ ਬਾਪ ਹੋਣ ਕਰਕੇ ਮੈਨੂੰ ਇੰਨੀ ਇੱਕ ਸੰਗਤ ਇੱਜ਼ਤ ਬਖਸ਼ਦੀ ਆ ਕਿ ਮੇਰਾ ਹਰ ਧਰਮ ਦੇ ਬੰਦੇ ਨਾਲ ਬੈਣਾ ਉੱਠਣਾ ਖਲੋਣਾ ਠੀਕ ਹੈ ਜੀ ਬਾਕੀ ਮੈਂ ਇਹੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਸਾਰੇ ਰਲ ਮਿਲ ਕੇ ਰਹੋ ਬੜੀ ਹਰ ਇੱਕ ਬੰਦੇ ਨੂੰ ਇੰਨੀ ਕਿ ਸਮਝ ਹੁੰਦੀ ਆ ਕਿ ਉਹ ਕੀ ਕਰ ਰਿਹਾ ਅਗਰ ਤੁਹਾਨੂੰ ਲੱਗਦਾ ਕਿ ਆਹ ਪੱਖ ਠੀਕ ਆ ਤੁਹਾਡਾ ਫੈਸਲਾ ਕਿ ਇਹੋ ਪੱਖ ਚੁਣਨਾ ਤੁਸੀਂ ਚੁਣੋ ਅਗਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਪੱਕਾ ਸਹੀ ਨਹੀਂ ਹੈ ਇਹ ਅੱਗੇ ਤੁਹਾਨੂੰ ਜਾ ਕੇ ਨੁਕਸਾਨ ਪਹਚਾਏਗਾ ਅਗਰਹੀਂ ਇਸ 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 ਬੰਨੇ ਕੇ ਤੇ ਮੇਰੇ ਖਿਆਲ ਨਾਲ ਆਪਣੇ ਤੁਹਾਨੂੰ ਦਿਲ ਦੀ ਗੱਲ ਸੁਣਨੀ ਚਾਹੀਦੀ ਆ ਬਾਕੀ ਕੁਝ ਗੱਲਾਂ ਜਿਹੜੀਆਂ ਵਾਂ ਸਰਕਾਰ ਦੇ ਉੱਤੇ ਵੀ ਸੁੱਟ ਦੇਣੀਆਂ ਚਾਹੀਦੀਆਂ ਤੇ Hindu ਲੀਡਰਾਂ ਨੂੰ ਮੇਰੀ ਖਾਸ ਕਰ ਬੇਨਤੀ ਆ ਤੁਹਾਡੇ ਕੋਲ ਇੱਕ ਮੋਬਾਈਲ ਲੈ ਕੇ ਇੱਕ ਮਾਈਕ ਲੈ ਕੇ ਇੱਕ ਪੱਤਰਕਾਰ ਪਹੁੰਚਦਾ ਤੇ ਤੁਸੀਂ ਉਹਨੂੰ ਟੱਪ ਟੱਪ ਕੇ ਇੰਟਰਵਿਊ ਆ ਦਿੰਦੇ ਜੀ ਤੁਸੀਂ ਬੋਲਦੇ ਜੇ ਉਹ ਉਹ ਗੱਲ ਦਾ ਤੁਹਾਡਾ ਫਾਇਦਾ ਚੁੱਕ ਕੇ ਉਹ ਐਡੀਟਿੰਗ ਕਰਕੇ ਤੁਹਾਡੀ ਜੋ ਵੀ ਤੁਹਾਡੀ ਇੰਟਰਵਿਊ ਹੁੰਦੀ ਆ ਉਹਨੂੰ ਐਡੀਟਿੰਗ ਕਰਕੇ ਉਹ ਤੁਹਾਡੀ YouTube ਤੇ ਪਾ ਦਿੰਦਾ ਉਹ ਆਪਣੇ ਵਿਊ ਚਾਹੁੰਦਾ ਸਭ ਤੋਂ ਪਹਿਲਾਂ ਵੇਖੋ ਅਗਰ ਤੁਸੀਂ ਕਿਸੇ ਨੂੰ ਇੰਟਰਵਿਊ ਦੇ ਰਹਿ ਜੇ ਬੋਲਣ ਤੋਂ ਪਹਿਲਾਂ ਇਹ ਵੇਖੋ ਕਿ ਕੀ ਇੱਕ ਪੱਤਰਕਾਰ ਕੋਲ ਕੈਮਰਾ ਹੈਗਾ ਕਿਹੜਾ ਚੈਨਲ ਆ ਕੁਝ ਜਿਹੜੇ ਆਪਣੇ ਪ੍ਰਾਈਵੇਟ YouTube ਚੈਨਲ ਬਣਾ ਕੇ ਹੱਥ 'ਚ ਮੋਬਾਈਲ ਫੜ ਕੇ ਮਾਈਕ ਲੈ ਕੇ ਇੱਕ ਆਪ ਹੀ ਪੱਤਰਕਾਰ ਬਣੇ ਹੋਏ ਆ ਮੇਰੀ ਬੇਨਤੀ ਆ ਕਿ ਉਹਨਾਂ ਨੂੰ ਇੰਟਰਵਿਊ ਨਾ ਦਿਓ ਜੋ ਕਿ ਤੁਹਾਡੀ ਜਿਹੜੀ ਤੁਸੀਂ ਅੱਜ ਕੋਈ ਇੰਟਰਵਿਊ ਦਿੱਤੀ ਆ ਉਹਨੂੰ ਐਡੀਟਿੰਗ ਕਰਕੇ ਪਾਉਂਦੇ ਆ ਤੇ ਇਹਦੇ ਨਾਲ ਕੀ ਆ ਕਿ ਤੁਹਾਡੇ ਜਿਹੜੀਆਂ ਇੱਕ ਦੋ ਗੱਲਾਂ ਉਹ ਉਹਨੂੰ ਐਡਿਟ ਕਰਕੇ ਇਦਾਂ ਦਾ ਬਣਾ ਦਿੰਦੇ ਆ ਕਿ ਤੁਸੀਂ ਮਤਲਬ ਇੱਕ ਪੰਜਾਬ ਦਾ ਅੱਗ ਲਾਉਣ ਵਾਲਾ ਮਾਹੌਲ ਪੈਦਾ ਕਰ ਦਿੰਦੇ ਹੋ ਤੁਹਾਡੀਆਂ ਰੀਲਾਂ ਬਣਾ ਕੇ ਇਹ ਚੈੱਕ ਕਰ ਲੋ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਰੈਕਗਨਾਈਜ਼ ਚੈਨਲ ਹੈ ਜਾਂ ਨਹੀਂ ਹੈ ਜਾਂ ਫਿਰ ਵੈਸੇ ਹੀ ਕਿਸੇ ਨੇ ਆਪਣਾ ਮਾਈਕ ਚੱਕਿਆ ਜਾਂ ਕਿਹਾ ਲੋਕ ਜਿਵੇਂ ਤੁਸੀਂ ਕਹਿ ਰਹੇ ਹੋ ਮੋਬਾਈਲ ਚੱਕਿਆ ਤੇ ਉਹ ਤੁਹਾਡੇ ਕੋਲ ਆ ਜਾਂਦੇ ਬਿਲਕੁਲ ਜੀ ਸਭ ਤੋਂ ਪਹਿਲਾਂ ਇਹ ਪਤਾ ਕਰੋ ਕਿ ਉਹ ਮਾਨਤਾ ਪ੍ਰਾਪਤ ਹੈ YouTube ਤੇ ਸਰਚ ਮਾਰੋ ਕਿਹੜਾ ਚੈਨਲ ਆ ਉਹਦੀ ਵੀਡੀਓ ਤੇ ਕਿੰਨੇ ਵਿਊ ਆ ਮੇਰੀ ਬੇਨਤੀ ਆ ਕਿ ਇੰਟਰਵਿਊ ਦੇਣ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਉਹਨੂੰ ਪੁੱਛ ਲਓ ਕਿ ਤੇਰਾ ਚੈਨਲ ਦਾ ਨਾਮ ਕੀ ਆ ਐਵੇਂ ਨਾ ਚੱਕ ਕੇ ਇੰਟਰਵਿਊ ਦੇ ਦਿਆ ਕਰੋ ਕਿਉਂਕਿ ਤੁਸੀਂ ਇੰਟਰਵਿਊ ਦਿੰਦੇ ਜੇ ਤੁਸੀਂ ਕਹਿੰਦੇ ਕੁਝ ਹੋਰ ਜੇ ਉਹ ਤੁਹਾਡੀ ਐਡੀਟਿੰਗ ਕਰਕੇ ਵੀਡੀਓ ਪਾ ਦਿੰਦਾ ਤੇ ਇਹੋ ਹੀ ਤੁਹਾਡੇ ਜਿਹੜੇ ਬਿਆਨ ਆ ਖਿਲਾਫ ਹੋ ਜਾਂਦੇ ਤੁਹਾਡੇ ਤੇ ਥੋੜਾ ਜਿਹਾ ਧਿਆਨ ਰੱਖਿਆ ਕਰੋ ਬੋਲਣ ਲੱਗਿਆਂ ਕਿਉਂਕਿ ਪੰਜਾਬ 'ਚ ਜਿਹੜਾ ਇਸ ਵੇਲੇ ਮਾਹੌਲ ਆ ਬਹੁਤ ਜ਼ਿਆਦਾ ਖਰਾਬ ਹੋਇਆ ਕਿਉਂਕਿ ਲੋਕੀ ਨਾ ਜੀ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਨਾ ਪਹਿਲੇ 84 ਦੇ ਦੌਰ ਤੇ ਕਿ ਲੋਕ ਜਿਹੜੇ ਆ 6 ਵਜੇ ਤੋਂ 7 ਵਜੇ ਤੋਂ ਬਾਅਦ ਘਰੋਂ ਨਹੀਂ ਨਿਕਲਦੇ ਹੁਣ ਵੀ ਪੰਜਾਬ ਦੇ ਵਿੱਚ ਉਹੀ ਮੌਲਿਆ ਕਿ ਜਿਹੜੇ ਸਿਆਣੇ ਲੋਕ ਆ ਨਾ ਜਿਹੜੇ ਚਲੋ ਜਿੰਨਾ ਦਾ ਰੋਟੀ ਪਾਣੀ ਚੱਲਦਾ ਵਧੀਆ ਆਪਣੀ ਫੈਮਿਲੀ ਨੂੰ ਬਲਾਉਂਗ ਕਰਦੇ ਆ ਉਹ ਬੰਦੇ ਜਿਹੜੇ ਆ ਜੀ 7-8 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲਦੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਨੂੰ ਸ਼ਾਇਦ ਹਿੱਥੇ ਕੋਈ ਦੋ ਜਣੇ ਮੋਟਰਸਾਈਕਲ ਤੇ ਜਾ ਰਹੇ ਸਾਡੀ ਮਤਲਬ ਉਹਨਾਂ ਨੇ ਘੇਰ ਕੇ ਸਾਡੇ ਸਿਰ ਤੇ ਪਸਤੌਰ ਰੱਖ ਦੇਣਾ ਦਾਤਰ ਰੱਖ ਦੇਣਾ ਸਾਨੂੰ ਮਾਰਨਾ ਦੇਣਾ ਮਤਲਬ ਇਸ ਦੀਆਂ ਇਹੋ ਜਿਹੀਆਂ ਵਾਰਦਾਤਾਂ ਲੁੱਟ ਖੋਹਾਂ ਜਨਾਨੀਆਂ ਸੋਨਾ ਪਾਉਣੋਂ ਹਟ ਗਈਆਂ ਜੀ ਪਹਿਲਾਂ ਦੇਖਿਆ ਸੀ ਆਪਣਾ ਪੰਜਾਬ ਦਾ ਕਲਚਰ ਟਿੱਕਾ ਲਾਇਆ ਹੁੰਦਾ ਸੀ ਕੰਨਾਂ 'ਚ ਝੁਮਕੇ ਚੂੜੀਆਂ ਪਾਈਆਂ ਹੁੰਦੀਆਂ ਸੀ ਜਨਾਨੀਆਂ ਨੇ ਹੁਣ ਵੇਖ ਲਓ ਤੁਸੀਂ ਪਿੰਡ 'ਚ ਕਿਹੜੀ ਜਨਾਨੀ ਆ ਜਿਹੜਾ ਸੋਨਾ ਪਾ ਕੇ ਰੱਖਦੀ ਡਰਦੀ ਕੋਈ ਸੋਨਾ ਹੀ ਨਹੀਂ ਪਾਉਂਦੀ ਜੀ ਇਦਾਂ ਤੇ ਮਾਹੌਲ ਖਰਾਬ ਹੋ ਗਿਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸੋਨਾ ਪਾ ਕੇ ਘਰੋਂ ਨਿਕਲਾਂਗੇ ਕਿ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਕਿ ਨਹੀਂ ਪਹੁੰਚਣਾ ਸੋਨੇ ਦੇ ਚੱਕਰ 'ਚ ਉਹਨਾਂ ਦੀ ਕਿਤੇ ਜਾਣ ਨਾ ਚੱਲ ਜੇ ਜੋ ਵੀ ਬੋਲਣਾ ਬੋਲਣ ਤੋਂ ਪਹਿਲਾਂ ਸੋਚੋ ਠੀਕ ਹੈ ਬੋਬੋ ਧੰਨਵਾਦ ਸੰਤੋਖ ਜੀ ਗੱਲਬਾਤ ਲਈ ਤਾਂ ਸੰਤੋਖ ਗਿੱਲ ਖਾਸ ਤੌਰ ਦੇ ਉੱਤੇ ਸਨੇਹਾ ਦਿੰਦੇ ਹੋਏ ਨਜ਼ਰ ਆਏ ਨੇ ਕਿ ਆਪਸ ਦੇ ਵਿੱਚ ਭਾਈਚਾਰਕ ਸਾਂਝ ਤਾਂ ਬਣਾ ਕੇ ਰੱਖੋ ਔਰ ਨਾਲ ਹੀ ਇਹ ਵੀ ਅਪੀਲ ਕਰ ਰਹੇ ਨੇ ਕਿ ਸਰਕਾਰਾਂ ਦੇ ਉੱਤੇ ਵੀ ਕੁਝ ਗੱਲਾਂ ਛੱਡ ਦਿੱਤੀਆਂ ਜਾਣ ਪੜਕਾ ਉਪਾਸ਼ਨ ਜੇਕਰ ਕੋਈ ਵਿਅਕਤੀ ਦੇ ਰਿਹਾ ਹੈ ਤਾਂ ਉਸ ਦੇ ਤੇ ਸਰਕਾਰ ਆਪਣੇ ਤੌਰ ਦੇ ਉੱਤੇ ਐਕਸ਼ਨ ਲਵੇਗੀ ਤੁਸੀਂ ਆਪਸ ਦੇ ਵਿੱਚ ਨਾ ਉਲਜੋ ਤੁਸੀਂ ਬਿਆਨਬਾਜ਼ੀਆਂ ਨਾ ਕਰੋ ਕੈਮਰਾ ਪਰਸਨ ਦਿਵਿੰਦਰ ਦਾ ਨਗ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ ਪ੍ਰੋ ਪੰਜਾਬ ਟੀਵੀ ਦਾ ਮੋਬਾਈਲ ਐਪ